ਮੈਂ ਕਹਿਣਾ ਚਾਹੁੰਦਾ ਰਾਜਾ ਬਣੀ ਜੀ, ਤੁਸੀਂ ਝਾਤੀ ਮਾਰੋ ਆਪਣੇ ਅੰਦਰ। 2012 ਦੀਆਂ ਜਦੋਂ ਨਗਰ ਨਿਗਮ ਦੀਆਂ ਚੋਣਾਂ ਸੀ ਪੰਜਾਬ ਦੇ ਅੰਦਰ, ਕੈਪਟਨ ਅਮਰਿੰਦਰ ਸਿੰਘ ਕਾਂਗਰਸ ਦੇ ਪ੍ਰਧਾਨ ਸੀਗੇ, ਉਹਨਾਂ ਨੇ ਉਸ ਸਮੇਂ ਵੀ ਲੁਧਿਆਣੇ ਦੇ ਅੰਦਰ ਕਾਂਗਰਸੀ ਵਰਕਰਾਂ ਦੀ ਅਣਦੇਖੀ ਕਰਕੇ ਸਿਰਫ ਪੂੰਜੀਪਤੀ ਲੋਕਾਂ ਨੂੰ ਟਿਕਟਾਂ ਦਿੱਤੀਆਂ। ਜਦੋਂ ਵਿਰੋਧੀ ਧਿਰ ਚ ਹੋਈਏ ਤੇ ਲੋਕ ਪੱਖੀ ਸਰਕਾਰ ਦੀ ਧੱਕੇਸ਼ਾਹੀ ਨੂੰ ਸਹਿੰਦਾ ਤੇ ਉਹ ਵਰਕਰ ਜਿਹੜਾ ਘਰ ਘਰ ਵੋਟਾਂ ਮੰਗਦੇ ਹੋਏ ਨਾਲ ਪਾਰਟੀ ਦਾ ਝੰਡਾ ਚੁੱਕ ਕੇ ਚੱਲਦਾ, ਪਾਰਟੀ ਦੀ ਦਰੀਆਂ ਵਿਛਾਉਂਦਾ ਕਿ ਜੇਕਰ ਰਾਜਾ ਵੜਿੰਗ ਨੂੰ ਇਲੈਕਸ਼ਨ ਲੜਾਉਣਾ ਸੀ ਤੇ ਬਠਿੰਡਾ ਲੋਕ ਸਭਾ ਹਲਕੇ ਤੋਂ ਲੜਾਉਂਦੇ, ਜੇ ਰਾਜਾ ਵੜਿੰਗ ਨੂੰ ਇਲੈਕਸ਼ਨ ਲੜਾਉਣਾ ਸੀ ਸੰਗਰੂਰ ਲੋਕ ਸਭਾ ਹਲਕੇ ਤੋਂ ਲੜਾਉਂਦੇ, ਕਿਉਂ ਲੁਧਿਆਣੇ ਤੋਂ ਚੋਣ ਲੜਾਈ ਗਈ ਉਹਨਾਂ ਨੂੰ। ਜੈ ਹਿੰਦ। ਮੈਂ ਸਾਰੇ ਪੰਜਾਬ ਦੇ ਕਾਂਗਰਸੀ ਵੀਰਾਂ ਦਾ ਤੇ ਪੰਜਾਬ ਦੀ ਜਨਤਾ ਦਾ ਤਹੇ ਦਿਲੋਂ ਧੰਨਵਾਦੀ ਹਾਂ ਜਿਹੜਾ ਆਪਣਾ ਸਮਾਂ ਦੇ ਰਹੇ ਨੇ। ਦੋਸਤੋ, ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ, ਪੰਜਾਬ ਦੇ ਅੰਦਰ ਵੀ ਲੋਕ ਸਭਾ ਚੋਣਾਂ ਨੂੰ ਲੈ ਕੇ ਗਹਿਮਾ ਗਹਿਮੀ ਤੇਜ਼ ਆ, ਔਰ ਥੋਸੀ ਲੋਕਾਂ ਨੇ ਦੇਖਿਆ ਕਿ ਜਿੱਥੇ ਕਾਂਗਰਸ ਪਾਰਟੀ ਨੇ ਪੰਜਾਬ ਦੇ ਵੱਖ ਵੱਖ ਲੋਕ ਸਭਾ ਹਲਕਿਆਂ ਲਈ ਆਪਣੇ ਉਮੀਦਵਾਰ ਐਲਾਨੇ ਨੇ, ਉਹਦੇ 'ਚ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਜੀ ਨੂੰ ਲੁਧਿਆਣੇ ਤੋਂ ਲੋਕ ਸਭਾ ਚੋਣਾਂ ਦੇ ਵਿੱਚ ਕਾਂਗਰਸ ਪਾਰਟੀ ਦਾ ਉਮੀਦਵਾਰ ਐਲਾਨੇ ਆ। ਦੋਸਤੋ, ਜਦੋਂ ਪੰਜਾਬ ਦੇ ਅੰਦਰ ਸਾਬਕਾ ਕਾਂਗਰਸ ਪ੍ਰਧਾਨ ਸਰਦਾਰ ਨਵਜੋਤ ਸਿੰਘ ਸਿੱਧੂ ਜੀ ਨੇ 2022 ਦੇ ਵਿੱਚ ਕੁੱਲ ਹਿੰਦ ਕਾਂਗਰਸ ਦੇ ਪ੍ਰਧਾਨ ਸ੍ਰੀ ਰਾਹੁਲ ਗਾਂਧੀ ਜੀ ਦੀ ਮਨਜ਼ੂਰੀ ਲੈਣ ਤੋਂ ਬਾਅਦ ਪੰਜਾਬ ਦੇ ਅੰਦਰ 39 ਸਪੋਕਸਪਰਸਨ ਦੀ ਲਿਸਟ ਕੱਢੀ, ਉਹਦੇ ਵਿੱਚ ਪੰਜਾਬ ਦੇ ਕਈ MLA MPs ਤੇ ਬਾਕੀ ਲੀਡਰਸ਼ਿਪ ਦੇ ਨਾਲ ਸਰਦਾਰ ਨਵਜੋਤ ਸਿੰਘ ਸਿੱਧੂ ਜੀ ਨੇ ਮੈਨੂੰ ਵੀ ਬਤੌਰ ਪੰਜਾਬ ਕਾਂਗਰਸ ਦੇ ਬੁਲਾਰੇ ਦੇ ਤੌਰ ਤੇ ਕੰਮ ਕਰਨ ਦਾ ਮੌਕਾ ਦਿੱਤਾ। ਦੋਸਤੋ, ਮੈਨੂੰ ਇੱਥੇ ਕਿਸੇ ਲੀਡਰ ਤੋਂ ਕੋਈ ਸਰਟੀਫਿਕੇਟ ਦੀ ਲੋੜ ਨਹੀਂ ਹੈ। ਮੈਂ ਦੱਸਣਾ ਚਾਹੁੰਦਾ ਕਿ 1995 ਤੋਂ ਸ਼ਹੀਦੇ ਆਜ਼ਮ ਸਰਦਾਰ ਬੇਅੰਤ ਸਿੰਘ ਦੀ ਸ਼ਹਾਦਤ ਤੋਂ ਲੈ ਕੇ ਅੱਜ ਤੱਕ ਅਸੀਂ ਕਾਂਗਰਸ ਪਾਰਟੀ ਦਾ ਝੰਡਾ ਚੱਕ ਕੇ ਚੱਲੇ ਹਾਂ। ਬੇਸ਼ੱਕ 1998 ਦੀਆਂ ਚੋਣਾਂ ਹੋਣ, 99 ਦੀਆਂ ਚੋਣਾਂ ਹੋਣ, 1996 ਦੀਆਂ ਚੋਣਾਂ ਹੋਣ, 2004 ਦੀ ਲੋਕ ਸਭਾ ਦੀ ਚੋਣ ਹੋਵੇ, 2009 ਦੀ ਲੋਕ ਸਭਾ ਦੀ ਚੋਣ ਹੋਵੇ, 2014 ਦੀ ਹੋਵੇ, 2019 ਦੀ ਚੋਣ ਹੋਵੇ, ਹਰ ਵਕਤ ਬੜੀ ਤਨਦੇਹੀ ਨਾਲ ਪਾਰਟੀ ਲਈ ਕੰਮ ਕੀਤਾ। ਇਸ ਦੌਰਾਨ ਵਿਧਾਨ ਸਭਾ ਦੀਆਂ ਚੋਣਾਂ ਵੀ ਹੋਈਆਂ ਤਾਂ ਵੀ ਕੰਮ ਕੀਤਾ। ਮੈਂ ਇੱਕ ਗੱਲ ਕਹਿਣੀ ਚਾਹੁੰਦਾ ਕਿ ਅੱਜ ਮੈਨੂੰ ਪਤਾ ਲੱਗਿਆ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਉਹਨਾਂ ਦੇ ਕੁਝ ਲੋਕ ਗੱਲਾਂ ਕਰਦੇ ਨੇ। ਦੋਸਤੋ, ਮੈਂ ਕਹਿਣਾ ਚਾਹੁੰਦਾ ਰਾਜਾ ਵੜਿੰਗ ਜੀ, ਤੁਸੀਂ ਇਹ ਝਾਤੀ ਮਾਰੋ ਆਪਣੇ ਅੰਦਰ। 2012 ਦੀਆਂ ਜਦੋਂ ਨਗਰ ਨਿਗਮ ਦੀਆਂ ਚੋਣਾਂ ਸੀ ਪੰਜਾਬ ਦੇ ਅੰਦਰ, ਕੈਪਟਨ ਅਮਰਿੰਦਰ ਸਿੰਘ ਕਾਂਗਰਸ ਦੇ ਪ੍ਰਧਾਨ ਸੀਗੇ, ਉਹਨਾਂ ਨੇ ਉਸ ਸਮੇਂ ਵੀ ਲੁਧਿਆਣੇ ਦੇ ਅੰਦਰ ਕਾਂਗਰਸੀ ਵਰਕਰਾਂ ਦੀ ਅਣਦੇਖੀ ਕਰਕੇ ਸਿਰਫ ਪੂੰਜੀਪਤੀ ਲੋਕਾਂ ਨੂੰ ਟਿਕਟਾਂ ਦਿੱਤੀਆਂ, ਸਿਰਫ ਸਿਫਾਰਸ਼ੀ ਲੋਕਾਂ ਨੂੰ ਟਿਕਟਾਂ ਦਿੱਤੀਆਂ। ਜਿਹੜੇ ਕਾਂਗਰਸ ਦੇ ਨਾਲ ਜ਼ਮੀਨੀ ਪੱਧਰ ਦੇ ਜੁੜੇ ਹੋਏ ਵਰਕਰ ਸੀਗੇ, ਉਹਨਾਂ ਦੀ ਅਣਦੇਖੀ ਕੀਤੀ। ਉਸ ਸਮੇਂ ਪੰਜਾਬ ਦੇ ਅੰਦਰ ਅਸੀਂ ਕਾਂਗਰਸ ਵਰਕਰ ਫੋਰਮ ਦਾ ਗਠਨ ਕੀਤਾ, ਔਰ ਲੁਧਿਆਣੇ ਸ਼ਹਿਰ ਦੇ ਅੰਦਰ ਕਾਂਗਰਸ ਵਰਕਰ ਫੋਰਮ ਨੇ 21 ਤੋਂ ਵੱਧ ਉਮੀਦਵਾਰ ਚੋਣਾਂ ਦੇ ਵਿੱਚ ਖੜੇ ਕੀਤੇ ਸੀਗੇ, ਔਰ ਪਾਰਟੀ ਹਾਈਕਮਾਂਡ ਪਾਰਟੀ ਲੀਡਰਸ਼ਿਪ ਨੂੰ ਦਿਖਾਇਆ ਸੀ ਕਿ ਜੇ ਕਾਂਗਰਸ ਦੇ ਵਰਕਰ ਦੀ ਅਣਦੇਖੀ ਕਰੋਗੇ ਤੇ ਜਿਹੜਾ ਵਰਕਰ ਤੁਹਾਡੇ ਲਈ ਘਰ ਘਰ ਜਾ ਕੇ ਵੋਟ ਮੰਗਦਾ, ਜਿਹੜਾ ਵਰਕਰ ਤੁਹਾਡੇ ਲਈ ਜਦੋਂ ਵਿਰੋਧੀ ਧਿਰ ਚ ਹੋਈਏ ਤੇ ਲੋਕ ਪੱਖੀ ਸਰਕਾਰ ਦੀ ਧੱਕੇਸ਼ਾਹੀ ਨੂੰ ਸਹਿੰਦਾ ਤੇ ਉਹ ਵਰਕਰ ਜਿਹੜਾ ਘਰ ਘਰ ਵੋਟਾਂ ਮੰਗਦੇ ਹੋਏ ਨਾਲ ਪਾਰਟੀ ਦਾ ਝੰਡਾ ਚੁੱਕ ਕੇ ਚੱਲਦਾ, ਪਾਰਟੀ ਦੀ ਦਰੀਆਂ ਵਿਛਾਉਂਦਾ, ਤੁਸੀਂ ਉਹ ਵਰਕਰ ਦੀ ਅਣਦੇਖੀ ਨਹੀਂ ਕਰ ਸਕਦੇ। ਦੋਸਤੋ, ਇੱਕ ਗੱਲ ਕਹੀ ਹੈ ਕਿ ਭਾਵੇਂ ਕਾਰਪੋਰੇਸ਼ਨ ਦੀ ਚੋਣ ਹੋਵੇ, ਵਿਧਾਨ ਸਭਾ ਦੀ ਚੋਣ ਹੋਵੇ, ਲੋਕ ਸਭਾ ਦੀ ਚੋਣ ਹੋਵੇ, ਲੜਨਾ ਹਰ ਲੀਡਰ ਦਾ ਹੱਕ ਹੈ, ਲੀਡਰਸ਼ਿਪ ਹੈ, ਚੋਣ ਲੜੇ। ਲੇਕਿਨ ਪਾਰਟੀ ਹਾਈਕਮਾਂਡ ਇਹ ਕਿਉਂ ਭੁੱਲ ਗਈ
ਕਿ ਜੇਕਰ ਰਾਜਾ ਵੜਿੰਗ ਨੂੰ ਇਲੈਕਸ਼ਨ ਲੜਾਉਣਾ ਸੀ ਤੇ ਬਠਿੰਡਾ ਲੋਕ ਸਭਾ ਹਲਕੇ ਤੋਂ ਲੜਾਂਦੇ, ਜੇ ਰਾਜਾ ਵੜਿੰਗ ਨੂੰ ਇਲੈਕਸ਼ਨ ਲੜਾਉਣਾ ਸੀ ਸੰਗਰੂਰ ਲੋਕ ਸਭਾ ਹਲਕੇ ਤੋਂ ਲੜਾਂਦੇ, ਕਿਉਂ ਲੁਧਿਆਣੇ ਤੋਂ ਚੋਣ ਲੜਾਈ ਗਈ ਉਹਨਾਂ ਨੂੰ? ਜਾਣ ਬੁੱਝ ਕੇ ਕਿਤੇ ਨਾ ਕਿਤੇ ਪੰਜਾਬ ਕਾਂਗਰਸ ਦੇ ਲੀਡਰ ਤੇ ਕੁਲ ਹਿੰਦ ਕਾਂਗਰਸ ਦੇ ਲੀਡਰ, ਅੱਜ ਪੰਜਾਬ ਦੇ ਜਿਹੜੇ ਵਿਰੋਧੀ ਧਿਰ ਹੈ ਉਹਨਾਂ ਨੂੰ ਲੁਧਿਆਣੇ ਦੀ ਸੀਟ ਉਹਨਾਂ ਦੀ ਝੋਲੀ ਚ ਪਾ ਦਿੱਤੀ ਗਈ ਹੈ। ਦੋਸਤੋ, ਦੁੱਖ ਲੱਗਦਾ ਕਿ ਪੰਜਾਬ ਦੇ ਲੋਕ ਜਦੋਂ ਪੰਜਾਬ ਦੇ ਅੰਦਰ ਅੱਜ ਕਿਤੇ ਨਾ ਕਿਤੇ ਜਿਹੜੀ ਉਹ ਕਾਂਗਰਸ ਪਾਰਟੀ ਸੈਂਕੜਿਆਂ ਦੇ ਵਿੱਚ ਸੀ, ਅੱਜ ਸਿਰਫ ਇਕਾਈ ਦਹਾਈ ਦੇ ਵਿੱਚ ਰਹਿ ਗਈ ਹੈ ਲੋਕ ਸਭਾ ਦੇ ਅੰਦਰ। ਕਿਉਂ? ਸਾਡੇ ਕੁਲ ਹਿੰਦ ਕਾਂਗਰਸ ਦੇ ਸਾਬਕਾ ਪ੍ਰਧਾਨ ਸ਼੍ਰੀ ਰਾਹੁਲ ਗਾਂਧੀ ਜੀ ਦੀ ਮਾੜੀ ਨੀਤੀਆਂ ਕਰਕੇ। ਮੈਂ ਬੜੇ ਦਾਅਵੇ ਨਾਲ ਕਹਿੰਦਾ ਅੱਜ ਪਾਰਟੀ ਦੇ ਪਤਨ ਦਾ ਕਾਰਨ ਰਾਹੁਲ ਗਾਂਧੀ ਹੈ। ਰਾਹੁਲ ਗਾਂਧੀ ਨੇ ਪਾਰਟੀ ਨੂੰ ਹਾਸ਼ੀਏ ਤੇ ਖੜਾ ਕਰਤਾ। ਸਿਰਫ ਏਸੀ ਕਮਰਿਆਂ ਚ ਮੀਟਿੰਗਾਂ ਕਰਨ ਵਾਲੇ ਲੋਕ ਜਿਹੜੇ ਵੱਡੀਆਂ ਵੱਡੀਆਂ ਗੱਲਾਂ ਤਾਂ ਕਰਦੇ ਆ ਲੇਕਿਨ ਸਰਕਾਰਾਂ ਨਾਲ ਬੰਦ ਕਮਰਿਆਂ ਚ ਮੀਟਿੰਗਾਂ ਕਰਦੇ ਆ। ਰਾਜਾ ਵੜਿੰਗ ਜੀ, ਤੁਸੀਂ ਅੱਜ ਗੱਲਾਂ ਕਰਦੇ ਹੋ, ਪਹਿਲਾਂ ਜਵਾਬ ਦਿਓ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਦੋਂ ਤੁਹਾਡੇ ਤੇ ਐਲੀਗੇਸ਼ਨ ਲਾਉਂਦੇ ਨੇ ਕਿ ਟੋਪੀ ਪਾ ਕੇ ਮੀਟਿੰਗਾਂ ਕੀਤੀਆਂ, ਉਹਦਾ ਜਵਾਬ ਦਿਓ ਲੁਧਿਆਣੇ ਦੀ ਜਨਤਾ ਨੂੰ। ਦੂਜੀ ਗੱਲ, ਵਿਧਾਨ ਸਭਾ ਦੇ ਅੰਦਰ ਸਰਦਾਰ ਭਗਵੰਤ ਸਿੰਘ ਮਾਨ ਨੇ ਤੁਹਾਨੂੰ ਕਿਹਾ ਕਿ ਜੇ ਤੁਸੀਂ ਮੇਰੇ ਖਿਲਾਫ ਬੋਲੇ ਤੇ ਰਾਜਸਥਾਨ ਦੀਆਂ ਬੱਸਾਂ ਦਾ ਮੁੱਦਾ ਚੱਕ ਦੂੰਗਾ। ਤੁਸੀਂ ਕਿਉਂ ਚੁੱਪ ਰਹੇ? ਜੇ ਤੁਸੀਂ ਸੱਚੇ ਹੋ ਤੇ ਆਵਾਜ਼ ਬੁਲੰਦ ਕਰੋ। ਲੁਧਿਆਣੇ ਦੇ ਲੋਕਾਂ ਨੂੰ ਬੇਨਤੀ ਹੈ, ਲੁਧਿਆਣੇ ਦੇ ਕਾਂਗਰਸੀ ਵੀਰਾਂ ਨੂੰ ਬੇਨਤੀ ਹੈ ਕਿ ਲੁਧਿਆਣੇ ਦੇ ਕਾਂਗਰਸੀ ਵਰਕਰ ਔਰ ਲੁਧਿਆਣੇ ਦੀ ਜਨਤਾ ਬਾਹਰਲੇ ਉਮੀਦਵਾਰ ਨੂੰ ਕਤਈ ਬਰਦਾਸ਼ਤ ਨਹੀਂ ਕਰਨਗੇ। ਅੱਜ ਮੈਨੂੰ ਪੂਰੇ ਦਿਨ ਦੇ ਵਿੱਚ ਲੁਧਿਆਣੇ ਦੇ ਦਰਜਨਾਂ ਹੀ ਮੇਰੇ ਵੀਰਾਂ ਦੇ ਫੋਨ ਆਏ। ਅੱਜ ਆਨੰਦ ਆਇਆ, ਮੈਨੂੰ ਫਕਰ ਹੈ ਕਿ ਅਸਤੀਫਾ ਦੇ ਕੇ ਮੈਂ ਆਵਾਜ਼ ਬੁਲੰਦ ਕੀਤੀ, ਕਿਉਂਕਿ ਮੈਂ ਚਾਟੂਕਾਰ ਕਾਂਗਰਸੀ ਨਹੀਂ ਹੈ, ਮੈਂ ਚਮਚਾਗਿਰੀ ਕਰਨ ਵਾਲਾ ਕਾਂਗਰਸੀ ਨਹੀਂ ਹੈ। ਜਦੋਂ ਬੇਸ਼ੱਕ ਸਰਕਾਰ ਹੋਵੇ, ਵਿਰੋਧੀ ਧਿਰ ਦੇ ਵਿੱਚ ਹੋਵੇ, ਡਟ ਕੇ ਲੋਕਾਂ ਦੀ ਆਵਾਜ਼ ਬੁਲੰਦ ਕੀਤੀ ਹੈ। ਅੱਜ ਸਬਕ ਉਹਨਾਂ ਲੋਕਾਂ ਨੂੰ ਜਿਹੜੇ ਲੀਡਰਾਂ ਦੀ ਚਮਚਾਗਿਰੀ ਕਰਕੇ ਸੱਚਾਈ ਤੋਂ ਮੂੰਹ ਮੋੜਦੇ ਨੇ। ਅੱਜ ਮੈਨੂੰ ਦਰਜਨ ਦੇ ਕਰੀਬ ਉਹਨਾਂ ਟਕਸਾਲੀ ਕਾਂਗਰਸੀਆਂ ਦਾ ਫੋਨ ਆਇਆ ਕਿ ਵਰੁਣ ਮਹਿਤਾ, ਮੁੜ ਤੋਂ ਕਾਂਗਰਸ ਵਰਕਰ ਫੋਰਮ ਨੂੰ ਐਕਟਿਵ ਕਰ, ਅਸੀਂ ਝੰਡਾ ਬੁਲੰਦ ਕਰਾਂਗੇ। ਕੱਲ ਲੁਧਿਆਣੇ ਸ਼ਹਿਰ ਦੇ ਅੰਦਰ ਟਕਸਾਲੀ ਕਾਂਗਰਸੀਆਂ ਨਾਲ ਇੱਕ ਮੀਟਿੰਗ ਹੋ ਰਹੀ ਹੈ, ਜਿਨ੍ਹਾਂ ਨਾਲ ਘਰ ਘਰ ਜਾ ਕੇ ਮੈਂ ਸਾਰਿਆਂ ਨੂੰ ਇਕੱਠੇ ਕਰ ਰਿਹਾ, ਔਰ ਉਸ ਤੋਂ ਬਾਅਦ ਅਸੀਂ ਲੁਧਿਆਣੇ ਦੀ ਜਨਤਾ ਨੂੰ ਬੇਨਤੀ ਕਰਾਂਗੇ ਕਿ ਲੁਧਿਆਣੇ ਦੇ ਅੰਦਰ ਜਿਹੜੇ ਮਰਜ਼ੀ ਲੋਕਲ ਕੈਂਡੀਡੇਟ ਨੂੰ ਵੋਟ ਪਾ ਦਿਓ, ਕਿਸੇ ਬਾਹਰਲੇ ਉਮੀਦਵਾਰ ਨੂੰ ਵੋਟ ਨਹੀਂ ਪਾਣੀ। ਲੁਧਿਆਣੇ ਦੀ ਜਨਤਾ 150 ਕਿਲੋਮੀਟਰ ਕਿਸੇ ਉਮੀਦਵਾਰ ਕੋਲ ਨਹੀਂ ਜਾਏਗੀ। ਲੁਧਿਆਣੇ ਦੀ ਜਨਤਾ ਨੂੰ ਬੇਨਤੀ ਹੈ ਕਿ ਆਓ ਸੱਚੇ ਸੁੱਚੇ ਨਿਸਵਾਰਥ ਭਾਵਨਾ ਨਾਲ ਕੰਮ ਕਰਨ ਵਾਲੇ ਉਮੀਦਵਾਰ ਨੂੰ ਜੇਤੂ ਬਣਾਓ, ਜੋ ਲੁਧਿਆਣੇ ਦੀ ਨੁਮਾਇੰਦਗੀ ਲੋਕ ਸਭਾ ਚ ਸਹੀ ਢੰਗ ਨਾਲ ਕਰ ਸਕੇ, ਪੰਜਾਬੀਅਤ ਦੀ ਗੱਲ ਕਰ ਸਕੇ, ਪੰਜਾਬ ਦੇ ਹਿੱਤਾਂ ਦੀ ਗੱਲ ਕਰ ਸਕੇ, ਨਾ ਕਿ ਬੰਦ ਕਮਰੇ ਚ ਵਿਰੋਧੀ ਧਿਰ ਦੇ ਲੀਡਰਾਂ ਦੇ ਨਾਲ ਜਾਂ ਸੂਬਾ ਪੱਖੀ ਸਰਕਾਰ ਦੇ ਨਾਲ ਬੰਦ ਕਮਰਿਆਂ ਦੇ ਵਿੱਚ ਆਪਣੇ ਤੋਂ ਕੇਸ ਬਚਾਉਣ ਲਈ ਸਮਝੌਤੇ ਕਰੇ। ਦੋਸਤੋ, ਪੰਜਾਬ ਦਾ ਉਹ ਕਾਂਗਰਸੀ ਵਰਕਰ ਜਿਨ੍ਹੇ ਮੀਂਹ ਹਨੇਰੀ ਦੇ ਵਿੱਚ ਅੱਜ ਤੋਂ ਅੱਧ ਦੇ ਸਮੇਂ ਚ ਆਵਾਜ਼ ਬੁਲੰਦ ਕੀਤੀ, ਅੱਜ ਵੀ ਕਹਿੰਦਾ ਰਾਜਾ ਵੜਿੰਗ ਜੀ, ਤੁਸੀਂ ਇੱਕ ਵਾਰੀ ਕਹਿੰਦੇ ਪੰਜਾਬ ਦੇ ਸਾਰੇ ਕਾਂਗਰਸ ਵਰਕਰ ਤੁਹਾਡੇ ਨਾਲ ਡਟ ਕੇ ਆਵਾਜ਼ ਬੁਲੰਦ ਕਰਦੇ, ਪਰ ਤੁਸੀਂ ਲੁਧਿਆਣੇ ਦੇ ਵਰਕਰਾਂ ਦਾ ਹੱਕ ਮਾਰਿਆ, ਲੁਧਿਆਣੇ ਦੇ ਲੀਡਰਾਂ ਦਾ ਹੱਕ ਮਾਰਿਆ, ਜਿਹਨੂੰ ਲੁਧਿਆਣੇ ਦੇ ਵਰਕਰ ਕਤਈ ਬਰਦਾਸ਼ਤ ਨਹੀਂ ਕਰਨਗੇ। ਲੁਧਿਆਣੇ ਦੀ ਜਨਤਾ ਨੂੰ ਬੇਨਤੀ ਹੈ, ਆਓ ਸਾਫ਼ ਸੁਥਰੇ ਅਕਸ ਵਾਲੇ ਲੋਕਲ ਕੈਂਡੀਡੇਟ ਨੂੰ ਵੋਟ ਪਾਓ। ਜੈ ਹਿੰਦ, ਜੈ ਭਾਰਤ।